ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਬੈਠਕ ਦੌਰਾਨ ਸੂਬੇ ਦੇ ਬਜਟ ਸੈਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਹਨਾਂ ਦਾ ਛੋਟੇ ਛੋਟੇ ਮਸਲੇ ਜਿਹੜੇ ਰੂਟੀਨ ਦੇ ਐਡਮਿਨਿਸਟ੍ਰੇਟਿਵ ਮਸਲੇ ਸੀ, ਇੱਕ ਤਾਂ ਉਹ ਜਿਹੜਾ ਇੱਕ ਬਿਊਰੋ ਆਫ ਇਨਵੈਸਟੀਗੇਸ਼ਨ ਬਣਾਉਣਾ ਉਹਦੀ ਮਨਜ਼ੂਰੀ ਆ ਗਈ। ਸੋ ਕੋਈ ਬੜਾ ਛੋਟਾ ਬੜਾ ਮੁਖਤਸਰ ਜਿਹਾ ਏਜੰਡਾ ਸੀਗਾ ਔਰ ਵੱਡਾ ਤਾਂ ਇਹੀ ਸੀ ਕਿ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਹੋਣ ਜਾ ਰਿਹਾ ਉਹਦੇ ਇੱਕ ਤਾਂ ਉਹਦੀ ਮਨਜ਼ੂਰੀ ਅਤੇ ਉਸ ਦੇ ਨਾਲ ਨਾਲ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਔਰ ਬਜਟ ਦੀ ਪ੍ਰਵਾਨਗੀ। ਵੈਸੇ ਤਾਂ ਅਲਟੀਮੇਟਲੀ ਜਿਹੜਾ ਹੈਗਾ ਕਿ ਉਹ ਜਿਸ ਦਿਨ ਬਜਟ ਪੇਸ਼ ਹੋਣਾ ਹੁੰਦਾ ਉਸ ਕੈਬਨਿਟ ਮੀਟਿੰਗ ਉਸੇ ਦਿਨ ਹੀ ਹੁੰਦੀ ਜਿਹੜਾ ਬਜਟ ਪੇਸ਼ ਕਰਨਾ, ਪਰ ਉਹਦੀ ਤਿਆਰੀ 'ਤੇ ਵੀ ਸਾਰੀ ਚਰਚਾ ਹੋਈ ਸਾ। ਜਿਹੜਾ ਬਿਊਰੋ ਆਫ ਇਨਵੈਸਟੀਗੇਸ਼ਨ ਬਣਨਾ ਜੀ, ਉਹਦੀ ਸਾਰੀ ਰਿਕਰੂਟਮੈਂਟ ਨਵੀਂ ਹੋਣੀ ਹੈ ਜਾਂ ਪੁਰਾਣਿਆਂ ਦੇ ਵਿੱਚੋਂ ਡੈਪੂਟੇਸ਼ਨ ਤੇ ਲੈ ਜਾਣੇ ਨੇ? ਸਭ ਜਿਹੜਾ ਬਿਊਰੋ ਆਫ ਇਨਵੈਸਟੀਗੇਸ਼ਨ ਬਣਨਾ ਇਹ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਸੀਗੀਆਂ ਕਿ ਜੇ ਪੁਲਿਸਿੰਗ ਦਾ ਕੰਮ ਸੁਥਰਾ ਕਰਨਾ ਤਾਂ ਇਨਵੈਸਟੀਗੇਸ਼ਨ ਜਿਹੜੀ ਹੈ ਜਿਹਨੂੰ ਤਫਤੀਸ਼ ਕਹਿੰਦੇ ਆ, ਵੀ ਤਫਤੀਸ਼ ਜਿਹੜੀ ਹੈ ਕੋਈ ਹੋਰ ਉਹਦਾ ਵਿੰਗ ਹੋਣਾ ਚਾਹੀਦਾ ਔਰ ਜਿਹੜੇ ਵੀ ਪਰਚੇ ਦਰਜ ਹੁੰਦੇ ਆ ਉਹ ਆਪਣੇ ਮੰਤਕੀ ਅੰਜਾਮ ਤੱਕ ਉਹਦੇ 'ਚ, ਕਿਉਂਕਿ ਜੇ ਕੋਈ ਪੁਲਿਸ ਨੇ ਕੋਈ ਐਸਾ ਐਫ ਆਈ ਆਰ ਕੀਤਾ ਉਹਦੇ 'ਚ ਕਨਵਿਕਸ਼ਨ ਕਿਉਂ ਨਹੀਂ ਹੋ ਰਹੀ, ਕਨਵਿਕਸ਼ਨ ਰੇਟ ਘੱਟ ਕਿਉਂ ਹੈ, ਅਤੇ ਇਹਦੇ ਲਈ ਇਨਵੈਸਟੀਗੇਸ਼ਨ ਵਾਸਤੇ ਤਾਂ ਪੁਲਿਸ ਨੂੰ ਟਾਈਮ ਹੀ ਨਹੀਂ ਮਿਲਦਾ ਸੀ। ਸੋ ਜੋ ਤੁਸੀਂ ਸਵਾਲ ਪੁੱਛਿਆ ਵੀ ਫਿਲਹਾਲ ਉਹਦੇ 'ਚ ਕੋਈ ਨਵੀਂ ਰਿਕਰੂਟਮੈਂਟ ਨਹੀਂ ਹੋਏਗੀ, ਮੌਜੂਦਾ ਪੁਲਿਸ ਰੈਂਕ ਦੇ ਵਿੱਚ ਹੀ ਇਹ ਕਾਡਰ ਖੜ੍ਹਾ ਕਰ ਦਿੱਤਾ ਜਾਏਗਾ। ਇਹਦੇ 'ਤੇ ਕੋਈ ਐਡੀਸ਼ਨਲ ਸਰਕਾਰ 'ਤੇ ਬੋਝ ਨਹੀਂ ਹੋਏਗਾ ਔਰ ਇਹ ਰੈਵਨਿਊ ਨਿਊਟਰਲ ਪ੍ਰਪੋਜ਼ਲ ਹੈ। ਔਰ ਸਾਰੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਇਹ ਕਰਨਗੇ ਜਾਂ ਫਿਰ ਰਿਕਮੈਂਡਡ? ਜਿੱਥੋਂ ਤੱਕ ਮੈਨੂੰ ਪਤਾ ਕਿ ਸਾਰੀਆਂ ਇਨਵੈਸਟੀਗੇਸ਼ਨਸ ਇਹੀ ਕਰਨਗੇ। ਸਰ ਇਹ ਨਾ ਸਰ ਇਹ ਦਰਅਸਲ ਕੀ ਸੀ ਕਿ ਇੱਕ ਜਿਹੜਾ ਇਹ ਸੋਰੀ ਮੈਂ ਭੁੱਲ ਗਿਆ ਦੱਸਣਾ ਕਿ ਜਿੰਨੇ ਵੀ ਐਮ ਐਲ ਏ ਅਤੇ ਮਿਨਿਸਟਰ ਹੈ ਪੰਜਾਬ ਦੇ, ਕਿਉਂਕਿ ਇਹ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਸੀ ਕਿ ਹਰ ਸਾਲ ਉਹ 1 ਜਨਵਰੀ ਨੂੰ ਆਪਣੇ ਜਿੰਨੇ ਵੀ ਐਸੈਟਸ ਹੈ ਪ੍ਰੋਪਰਟੀਜ਼ ਹੈ ਉਹਦਾ ਵੇਰਵਾ ਵਿਧਾਨ ਸਭਾ 'ਚ ਉਹ ਦਿਆ ਕਰਨੀ ਤਾਂ ਕਿ ਇਹ ਪਬਲਿਕ ਡੋਮੇਨ 'ਚ ਆ ਜਾਵੇ, ਮੰਜ਼ਰੇ ਆਮ 'ਚ ਆ ਜਾਵੇ। ਤਾਂ ਉਹ ਅੱਜ ਉਹਦੇ 'ਚ ਇੰਨੀ ਕੁ ਤਰਮੀਮ ਕੀਤੀ ਹੈ ਕਿ 1 ਜਨਵਰੀ ਨੂੰ ਕਈ ਵਾਰੀ ਉਹ ਕੋਈ ਡੈਡਲਾਈਨ ਨਾ ਪਹੁੰਚ ਸਕੇ, ਵੀ ਜਨਵਰੀ ਦੇ ਮਹੀਨੇ ਵਿੱਚ ਜਿੰਨੇ ਐਮ ਐਲ ਏ ਅਤੇ ਪੰਜਾਬ ਦੇ ਮਿਨਿਸਟਰ ਹੈ ਉਹਨਾਂ ਦੀਆਂ ਪ੍ਰੋਪਰਟੀ ਦੀ ਡਿਟੇਲਸ ਆਉਣੀਆਂ ਚਾਹੀਦੀਆਂ ਕਿ ਪਬਲਿਕ ਨੂੰ ਪਤਾ ਚੱਲੇ ਕਿ 1 ਸਾਲ ਦੇ ਵਿੱਚ ਐਮ ਐਲ ਏ ਨੇ ਕੋਈ ਪ੍ਰੋਪਰਟੀ 'ਚ ਇਜ਼ਾਫਾ ਕੀਤਾ ਕਿ ਉਹਦੀ ਪ੍ਰੋਪਰਟੀ ਘਟੀ ਹੈ। ਇਹ ਮੈਂਡੇਟਰੀ ਹੈ ਸਰ। ਹਾਂ, ਅਤੇ ਹੁਣ ਆਹ ਜਿਹੜਾ ਅੱਜ ਜਿਹੜਾ ਮਤਾ ਪਾਸ ਕੀਤਾ ਇਹਦੇ ਨਾਲ ਸਭ ਵਾਸਤੇ ਇਹ ਕੰਪਲਸਰੀ ਹੈ ਜੀ, ਆਪਣੇ ਜਿਹੜੇ ਐਸੈਟਸ ਹੈ ਆਪਣੀ ਜਾਇਦਾਦ ਦਾ ਵੇਰਵਾ ਹਰ ਐਮ ਐਲ ਏ ਅਤੇ ਮੰਤਰੀ ਨੂੰ ਦੇਣਾ ਪਏਗਾ। ਪਬਲਿਕ ਨੂੰ ਇਹ ਹੱਕ ਹੈ, ਹੱਕ ਪਹੁੰਚਦਾ ਕਿ ਉਹ ਆਪਣੇ ਐਮ ਐਲ ਏ ਜਾਂ ਮੰਤਰੀ ਦੀ ਪ੍ਰੋਪਰਟੀ ਦੀ ਪੜਤਾਲ ਕਰ ਸਕੇ, ਕਿਉਂਕਿ ਇਹ ਪਬਲਿਕ ਆਫਿਸ ਹੈ। ਨਹੀਂ ਜੀ, ਇਹ ਕੈਸ਼ ਹੋਏਗਾ ਸਰ। ਹਾਂਜੀ।